ਸਾਚੇਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੀਤਾ ਸ਼ਰਮਾ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਗੁਰਦਾਸਪੁਰ ਵਿਖੇ ਲਾਪਤਾ ਹੋਈ ਨੌਜਵਾਨ ਦੀ ਬਿਆਸ ਦਰਿਆ ਵਿੱਚੋਂ ਮਿਲੀ ਲਾਸ਼। ਬਿਰਧਾਸ਼ਰਮ ਵਿਖੇ ਸੇਵਾ ਕਰ ਰਹੇ ਸੇਵਾ ਮੁਕਤ ਅਧਿਆਪਕ ਨੇ ਕੀਤੀ ਵਿਸ਼ੇਸ਼ ਗੱਲਬਾਤ। ਨਵਾਂ ਸ਼ਹਿਰ ਦੇ ਨਜ਼ਦੀਕ ਇੱਕ ਪੈਟਰੋਲ ਪੰਪ ਤੇ ਹੋਈ ਵਿਅਕਤੀ ਦੀ ਹੱਤਿਆ। लुधियाना विखे पहुंचे विधानसभा स्पीकर रामनिवास गोयल। लुधियाना पुलिस ने पटाखे बजाने वाले बुलेट मोटरसाइकिलों ते कसिया शिकंजा। एफआईआर दर्ज ना होने पीड़ित लोगों ने किया प्रदर्शन। दिलबा विखे आंगनवाड़ी वर्करा ने किया धरना प्रदर्शन। ते हुण खबरां विस्थार नाल। गुरदासपुर के पिंड कठाणा विखे एक नौजवान के लापता होने का मामला सामने आया सी अते पुलिस के द्वारा लगातार इस मामले की जांच की जा रही थी। हुण पुलिस के द्वारा ब्यास दरिया के विचों इस नौजवान की लाश बरामद की गई है अते लाश नूं पोस्टमार्टम के लिए भेजा गया। ट्राली लै गया हुणे रात कोई 8:30 का टाइम सी ते बाद च इन्होंने राह मगर गड्डी ला के तीन मोटरसाइकिल सी इन्होंने रोक के ਉਹਨੂੰ ਕੁੱਟ ਮਾਰ ਕੀਤੀ ਉਹਨੂੰ ਗਾਇਬ ਕਰ ਲਿਆ ਮੁੜ ਕੇ ਸਾਨੂੰ ਅੱਜ ਦੇ ਦਿਨਾਂ ਤੱਕ ਕੋਈ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉਹਨਾਂ ਕੋਲ ਅਸੀਂ ਉਹਦਾ ਮੋਟਰਸਾਈਕਲ ਸੀ ਤੁਹਾਨੂੰ ਇਹਦੇ ਬਾਰੇ ਕਿੱਦਾਂ ਪਤਾ ਲੱਗਿਆ ਸਾਨੂੰ ਇਹਦੇ ਬਾਰੇ ਇੱਕ ਉਹ ਉੱਥੋਂ ਦਾ ਪ੍ਰਧਾਨ ਕਰਮਜੀਤ ਦੋਦੀ ਉਹਦੀ ਇਧਰੋਂ ਗੱਡੀ ਜਾਣ ਦੀ ਨੂਨਾ ਦਾ ਵੀ ਇਧਰੋਂ ਗੱਡੀ ਜਾਣ ਦੀ ਉਹਨੇ ਗੱਡੀ ਘਲਾਰੀ ਉਹਨੂੰ ਤੇ ਛੱਡ ਪਿਆ ਮੇਰੇ ਨਾਲ ਗੱਲ ਪੈਣ ਉਹਦੇ ਹੁੰਦਿਆਂ ਉਹ ਕੁੱਟਮਾਰ ਹੋਣ ਡੀ ਸੀ ਉਹਦੇ ਹੁੰਦਿਆਂ ਗੱਡੀ 'ਚ ਸੁੱਟ ਕੇ ਨਾਲ ਮੋਟਰਸਾਈਕਲ ਹਨ ਉਹਨੂੰ ਸੁੱਟ ਕੇ ਗੱਡੀ 'ਚ ਅਤੇ ਇੱਧਰ ਨੂੰ ਲੈ ਗਿਆ ਪੋਲ ਵੱਲ ਨੂੰ ਅਤੇ ਮੈਂ ਮੁੜ ਕੇ 10 ਵਜੇ ਉਹਨੂੰ ਫੋਨ ਕੀਤਾ ਉਹਦਾ ਫੋਨ ਜਦੋਂ ਬੰਦ ਆਇਆ ਮੈਂ ਰਾਤ ਮੋਟਰਸਾਈਕਲ ਆਪਣਾ ਫੜਿਆ ਮੈਂ ਗਿਆ ਰਹੇ ਉਹ ਬਸਰਾਵਾਂ ਪਿੰਡ ਜਿੱਥੇ ਬਿਜਲੀ ਘਰ ਹੈ ਉੱਥੇ ਟਰੱਕ ਟਰਾਲੀ ਲੱਗਿਆ ਫਿਰ ਮੈਂ ਪਿੰਡ ਫੋਨ ਕੀਤਾ ਫਿਰ ਬੰਦੇ ਮਗਰ ਗਏ ਫਿਰ ਸਾਨੂੰ ਕੋਈ ਸਮਝ ਨਹੀਂ ਲੱਗੀ ਅੱਜ ਇੱਥੇ ਹੁਣ ਉਹਦੀ ਨਾ ਤੁਹਾਡੇ ਬੱਚੇ ਦੀ ਸੁਖਦੇਵ ਦੀ ਲਾਸ਼ ਲੱਭੀ ਜਾ ਰਹੀ ਹੈ ਇੱਥੇ ਤੁਹਾਨੂੰ ਕਿੱਦਾਂ ਪਤਾ ਲੱਗਾ ਫਿਰ ਉਹ ਕਿੱਦਾਂ ਕਾਬੂ ਆਏ ਪੁਲਿਸ ਦੇ ਬੰਦੇ ਇਹ ਪੁਲਿਸ ਨੇ ਚੱਕੇ ਨੇ ਸਾਡੇ 'ਤੇ ਨਹੀਂ ਕਾਬੂ ਕਰਿਆ ਸਾਨੂੰ ਤਾਂ ਕੁਛ ਨਹੀਂ ਉਹਨਾਂ ਦੱਸਿਆ ਕਿੰਨੇ ਕੁ ਬੰਦੇ ਸੀ ਜਿਨ੍ਹਾਂ ਨੇ ਵਾਰਦਾਤ ਕੀਤੀ ਇਹ ਬੰਦੇ ਉਸ ਮੌਕੇ ਜਦੋਂ ਕੁੱਟ ਦੇਣ ਉਹ ਬੰਦੇ 15 ਹਨ 15-20 ਬੰਦੇ ਇਹ ਗੱਲ ਇਹ ਕਿਹੜੀ ਗਿਣਤੀ ਕੀਤੀ ਇੱਕ ਗੱਡੀ ਸੀ ਤੇ ਤਿੰਨ ਮੋਟਰਸਾਈਕਲ ਵਾਲੇ ਨੂਰ ਲਾਲ ਨੈਬ ਸਿੰਘਦਾਰ ਕਾਨੂੰਵਾਲ SHO ਸਾਹਿਬ ਨੇ ਮੈਨੂੰ ਫੋਨ 'ਤੇ ਇਨਫੋਰਮੇਸ਼ਨ ਦਿੱਤੀ ਕਿ ਇੱਥੇ ਇੱਕ ਕਤਲ ਹੋਇਆ ਜਿਹਦੀ ਕਿ ਲਾਸ਼ ਦਰਿਆ ਦੇ ਵਿੱਚ ਛੁੱਟੀ ਹੋਈ ਹੈ ਅਤੇ ਉਹ ਤੁਹਾਡੀ ਹਾਜ਼ਰੀ ਦੇ ਵਿੱਚ ਕੱਢਦੀ ਹੈ ਇਸ ਕਰਕੇ ਮੈਂ ਇੱਥੇ ਹਾਜ਼ਰ ਹਾਂ ਮੇਰੀ ਹਾਜ਼ਰੀ ਦੇ ਵਿੱਚ ਲਾਸ਼ ਕੱਢੀ ਦਰਿਆ 'ਚੋਂ ਇਹਦੇ ਸੰਬੰਧੀ ਤੁਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਕੋਈ ਸੂਚਨਾ ਦਿੱਤੀ ਹੈ ਜਾਂ ਕੋਈ ਪੁਲਿਸ ਪ੍ਰਸ਼ਾਸਨ ਦੇ ਨਾਲ ਕੋਈ ਤਾਲਮੇਲ ਹੋਇਆ ਤੁਹਾਡਾ ਪੁਲਿਸ ਪ੍ਰਸ਼ਾਸਨ SHO ਸਾਹਿਬ ਤੋਂ ਫੋਨ ਆਇਆ ਮੈਂ ਆਲਰੇਡੀ ਡਿਊਟੀ 'ਤੇ ਸੀਗਾ ਜੀ ਮੌਜੂਦ ਜਿਸ ਹਿਸਾਬ ਦੇ ਹੁਕਮਾਂ ਮੈਨੂੰ ਉੱਥੇ ਅਤੇ ਇਹ ਤੁਸੀਂ ਕਿਹੜੇ ਥਾਣੇ ਦੀ ਪੁਲਿਸ ਦੀ ਇਤਲਾਹ 'ਤੇ ਆਏ ਹੋ SHO ਪਿੰਡ ਇਹ ਕਿੰਨੇ ਬੰਦੇ ਨਾਮਜ਼ਦ ਹੋਏ ਆ ਜੀ ਇਸ ਮਾਮਲੇ ਦੇ ਵਿੱਚ 22 ਨੇ ਹਜੇ ਤੱਕ 6 ਬੰਦੇ ਜਿਹੜੇ ਪਰਚਾ ਦਰਜ ਆ ਜੀ ਅਤੇ 33 ਦੇ ਦੌਰਾਨ ਜੋ ਵੀ ਅੱਗੇ ਸਾਹਮਣ ਤੱਕ ਹੋਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਦੋਸ਼ੀਆਂ ਦੀ ਗ੍ਰਿਫਤਾਰੀ ਕਿੰਨੀ ਹੋਈ ਹੈ ਜਾਂ ਕਿੰਨੀ ਬਾਕੀ ਹੈ ਦੋਸ਼ੀ ਇੱਕ ਗ੍ਰਿਫਤਾਰ ਹੋ ਚੁੱਕਾ ਵਾ ਅੱਗੇ ਬਾਕੀ ਹੋਰ ਪ੍ਰੋਸੀਡਿੰਗ ਚੱਲ ਰਹੀ ਹੈ ਜੋ ਜੋ ਅੱਗੇ ਰੇਡ ਕੀਤੇ ਜਾ ਰਹੇ ਨੇ ਜਲਦੀ ਜਲਦੀ ਬਾਕੀ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਬਟਾਲਾ ਦੇ ਇੱਕ ਬਿਰਧ ਆਸ਼ਰਮ ਵਿਖੇ ਸੇਵਾ ਕਰ ਰਹੇ ਸੇਵਾ ਮੁਕਤ ਅਧਿਆਪਕ ਕੁਲਦੀਪ ਸ਼ਰਮਾ ਨੇ ਵਿਸ਼ੇਸ਼ ਗੱਲਬਾਤ ਕੀਤੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਸਮਝਣ ਦੀ ਬਜਾਏ ਉਹਨਾਂ ਨੂੰ ਘਰੋਂ ਬਾਹਰ ਕੱਢ ਰਹੇ ਨੇ ਅਤੇ ਬਿਰਧ ਆਸ਼ਰਮ ਦੇ ਵੱਲ ਤੋਰ ਰਹੇ ਨੇ। ਇੱਕ ਗੱਲ ਤਾਂ ਮੈਂ ਆਖੂੰਗਾ ਕਿ ਬਿਰਧ ਆਸ਼ਰਮ ਜਿਵੇਂ ਕਹਿੰਦੇ ਨੇ ਨਹੀਂ ਹੋਣੇ ਚਾਹੀਦੇ, ਮੈਂ ਕਹਿੰਦਾ ਹੋਣੇ ਚਾਹੀਦੇ ਨੇ। ਕਿਉਂ ਕਿ ਇੱਕ ਐਸਾ ਅਵਸਥਾ ਆਉਂਦੀ ਹੈ ਜੀਵਨ ਦੇ ਵਿੱਚ ਬੰਦੇ ਦੀ ਕਿ ਉਹ ਘਰ ਦੇ ਵਿੱਚੋਂ, ਸਮਾਜ ਦੇ ਵਿੱਚੋਂ, ਰਿਸ਼ਤੇਦਾਰਾਂ ਵਿੱਚੋਂ, ਸੱਜਣ ਮਿੱਤਰਾਂ ਵਿੱਚੋਂ ਕੱਟਿਆ ਹੋਇਆ ਜਦੋਂ ਘਰੋਂ ਬਾਹਰ ਕੱਢਿਆ ਜਾਂਦਾ ਉਹ ਤਾਂ ਉਹਦੇ ਵਾਸਤੇ ਇੱਕੋ ਹੀ ਰਸਤਾ ਹੁੰਦਾ ਸੁਸਾਈਡ। ਸੁਸਾਈਡ ਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਉਸਨੂੰ ਕੁਛ ਸਮਾਂ ਠਹਿਰਾਇਆ ਜਾ ਸਕੇ, ਉਸਦੇ ਮਾਇੰਡ ਦੇ ਵਿੱਚੋਂ ਕੱਢਿਆ ਜਾਵੇ ਕਿ ਇਹ ਚੀਜ਼ ਠੀਕ ਨਹੀਂ ਹੈ। ਇਸ ਕਰਕੇ ਤਾਂ ਜਿਹੜੇ ਹੈਗੇ ਆ ਆਸ਼ਰਮ ਉਹ ਬਿਲਕੁਲ ਸਹੀ ਹੈ ਕਿ ਇੱਥੇ ਆ ਕੇ ਸਾਨੂੰ ਕੋਈ ਗੱਲ ਨਹੀਂ ਘਰ ਦੇ ਵਿੱਚ ਉਹਨਾਂ ਨੂੰ ਮਾਂ ਬਾਪ ਨਾਲ ਪੁੱਤਾਂ ਨਾਲ ਮਿਲ ਕੇ ਆਪੋ ਵਿੱਚ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਨੂੰ ਘਰ ਵੀ ਵਾਪਸ ਕਰਦੇ, ਇਸ ਵਾਸਤੇ ਤਾਂ ਸਹੀ ਹੈ। ਜੋ 1978 ਔਰ 22 ਦਾ ਡਿਫਰੈਂਸ ਤੁਸੀਂ ਵਿਰਧ ਆਸ਼ਰਮਾਂ ਦੇ ਬਾਰੇ ਮੇਰੇ ਨਾਲ ਸਾਂਝਾ ਕੀਤਾ ਹੈ, ਉਸ ਦੇ ਵਾਸਤੇ ਮੈਂ ਇੱਕ ਹੀ ਗੱਲ ਕਹਿ ਸਕਦਾ ਹਾਂ ਕਿ 1978 ਦੇ ਵਿੱਚ ਦੈਨਿਕ ਪ੍ਰਾਰਥਨਾ ਸਭਾ ਦੇ ਸੰਚਾਲਕ ਮਹਾਸ਼ਾ ਗੋਕਲ ਚੰਦ ਜੀ ਨੇ
उस मौके की नज़ाकत समझदे हो एक रैन बसेरा जड़ा है बाकी प्रोजेक्टा के नाल ना रैन बसेरा वृद्ध आश्रम के नाँ का जड़ा है वह शुरू किया जिसका नाँ नानक चंद अबरोल वृद्ध आश्रम रख्या गया और उत्थे ओ लोग सन जिन्हों का कोई सहारा नहीं सी या किते रहन वास्ते नहीं सी या कोई प्रबंध नहीं सी उन्हां दा जो है उसका प्रबंध करके उन्होंने ये किया सी। नवांशहर के नज़दीक एक पेट्रोल पंप के एक व्यक्ति के कतल होने का मामला सामने आया। मिली जानकारी के अनुसार 6 तो लेकर 7 व्यक्तियों वालों गोलियां मार के इस व्यक्ति की हत्या की गई है। अज सुबह सानू इनफॉर्मेशन आई सी भी पेट्रोल पंप से फायरिंग हुई है वो संबंध में मौके पर पहुंचे हाँ और इतने एक बंदे की डैथ हो गई है जिसका नाम मक्खण है जो कंगा का रहने वाला है और वो संबंधी असी फरदर जी हैगी कुछ सानू एविडेंस मिली है मौके तो बाकी फरदर जी इनवैसिगेशन चल रही हैगी जे टोटल दसण वाले मुताबक सफारी गड्डी ते बंदे आए सी जिन्हां दी गिनती 6 दे करीब है और उन्होंने फायरिंग की और काफ़ी सीरियस इंजर्ड हो गया सी काफ़ी फायर लगे जेडे मक्खण दे और मौके ते ही उहदी डैथ हो गई सी ते उहदी संबंधी असीं फरदर जी वख वख टीमां ला के ते इनवैसिगेशन असीं स्टार्ट करती है। लगे हुए हैं जी अपने कुछ लॉग लगा हुआ सी जिहड़ा इहदा सीसीटीवी दा वो एक्सपर्ट नूं बुलाया हैगा आ उहदा जिहड़ा पासवर्ड हैगा वो मालक नूं पता हले मुढ़ली स्टेज ते हैगे आ। दिल्ली विधानसभा स्पीकर राम निवास गोयल लुधियाना विखे पहुंचे ने अते पंजाब समेत दिल्ली दे कई मुद्दियां ते चर्चा कीती है। इस दे नाल ही उन्होंने बीजेपी सरकार नूं भी अपने निशाने ते लिया। ਇਹ ਜਿਹੜੀ ਐਗਜੀਬਿਸ਼ਨ ਇੱਥੇ ਲੱਗੀ ਆ ਪਿਛਲੇ 6 ਸਾਲ ਤੋਂ ਲੱਗ ਰਹੀ 2 ਸਾਲ ਕਰੋਨਾ ਕਾਰਨ ਨਹੀਂ ਲੱਗ ਸਕੀ। ਲੁਧਿਆਣਾ ਜਿਹੜਾ ਹੈਗਾ ਉਹ ਇੰਡੀਆ ਨਹੀਂ ਏਸ਼ੀਆ ਦੀ ਰੈਡੀਮੇਡ ਗਾਰਮੈਂਟਸ ਦੀ ਸਭ ਤੋਂ ਵੱਡੀ ਮੈਨੂਫੈਕਚਰਿੰਗ ਯੂਨਿਟ ਇੱਥੇ ਹੈ। ਰੈਡੀਮੇਡ ਗਾਰਮੈਂਟ ਇੱਥੇ ਬਣਦਾ ਹੈਗਾ ਪੂਰੇ ਇੰਡੀਆ ਵਿੱਚ ਜਾਂਦਾ ਸਾਲੇ ਦਿੱਲੀ ਵੀ ਗਾਂਧੀ ਨਗਰ ਮਾਰਕੀਟ ਦੇ ਲੋਕ ਇੱਥੇ ਆਉਂਦੇ ਨੇ ਹੋਲਸੇਲਰਸ तो नई नई टैक्नोलॉजी जी वर्ल्ड में आती है रेडीमेड गारमेंट वास्ते और टैक्नोलॉजी वास्ते जो मैनुफैक्चर ने टाइमली फैमिलियर हो अपनी इंडस्ट्री भी चेंज कर सकन तो वर्ल्ड की जी डिमांड हैगी मीट आउट कर सकन नई टैक्नोलॉजी के नाल इस करके इस तरह की एग्जीबिशन की लोड़ है। जो एग्जीबिशन के ऑर्गनाइजर्स ने गुरप्रीत जी बाबा जी और उन्होंने पूरी टीम प्रेजिडेंट साहब साढ़े नाल खड़ोते हैं तो मैं उन्होंने बहुत बहुत बधाई देना। बिजनेस अपनी थान पर है लेकिन लोगों कंट्री के नई टैक्नोलॉजी फैमिलियर करवाने का काम जरा कर रहे हैं। लुधियाना पुलिस के द्वारा पटाके बजाने वाले बुलेट मोटरसाइकिलों से शिकंजा कसया जा रहा है। पुलिस द्वारा अनाउंसमेंट करके लोगों को इस संबंधी जागरूक किया जा रहा है तो उत्थे ही पटाके बजाने वाले बुलेट मोटरसाइकिलों के चलान भी कट्टे जा रहे हैं। ये 3 दिन अवेयर किया अज असी चलान कर रहे हैं अज अवेयरनेस खत्म करती है हूँ 3 दिन इन्हों अवेयर किया हर चौंक के अनाउंस किया गड्डियों के अनाउंस किया 3 दिन का टाइम भी दिता इन्हों पर जिन्होंने हजे भी नहीं चेंज किए अपने मॉडिफाइड सलाइंसर ने ਉਹਨਾਂ ਦੇ ਚਲਾਣ ਚੈਕਿੰਗ ਦਾ ਸਰ ਰੂਟੀਨ ਚ ਹੀ ਰਹੂਗੀ ਨਾ ਤਾਂ ਹਾਂਜੀ ਚੈਕਿੰਗ ਰੂਟੀਨ ਚ ਹੀ ਆਊਗੀ। FIR ਦਰਜ ਨਾ ਹੋਣ ਤੇ ਪੀੜਤ ਧਿਰ ਦੇ ਵੱਲੋਂ ਥਾਣਾ ਸਿਟੀ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਆਰੋਪ ਲਗਾਏ ਨੇ ਕਿ ਪੁਲਿਸ ਦੇ ਦੁਆਰਾ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰ ਸਾਡੇ ਪਿੰਡ ਦੀ ਕੁੜੀ ਵਿਆਹੀ ਹੋਈ ਸੀ ਜੰਡੋਗੀ ਪਿੰਡ ਤੇ ਉਹਦੇ ਨਾਲ ਇੱਕ ਉੱਟਮਾਰ ਕਰਕੇ ਬਹੁਤ ਵਾਰੀ ਇਹਨਾਂ ਨੇ ਕੁੜੀ ਨੂੰ ਮਤਲਬ ਪੇਕੀ ਭੇਜਤਾ ਉਹ ਵਿਚਾਰੀ ਪੇਕੀ ਰਹਿੰਦੀ ਹੈ ਟੈਨਸ਼ਨ ਇੰਨੀ ਹੈ ਬੱਚਿਆਂ ਬਿਨਾਂ ਜੀ ਨਹੀਂ ਲੱਗਦਾ ਦਵਾਈ ਚੱਲ ਰਹੀ ਹੈ ਅਤੇ ਪਤਾ ਲੱਗਿਆ ਸੀ ਵੀ ਉਹ ਅੱਜ ਬੰਦਾ ਦੂਜਾ ਵਿਆਹ ਕਰਾਉਂਦਾ ਅਤੇ ਇਹ ਕੁੜੀ ਦੇ ਭਾਈਆਂ ਨੇ ਮੌਕੇ 'ਤੇ ਪੁਲਿਸ ਨੂੰ ਲਿਜਾ ਕੇ ਉਹ ਵਿਆਹ ਬੰਦ ਕਰਵਾਇਆ ਅਤੇ ਮੌਕੇ 'ਤੇ ਲਿਆ ਕੇ ਥਾਣਾ ਸਿਟੀ ਵਿੱਚ ਕੁੜੀ ਨੂੰ ਅਤੇ ਮੁੰਡੇ ਨੂੰ ਅਤੇ ਬਾਕੀ ਜਿਹੜੇ ਉਹਨਾਂ ਦੇ ਨਾਲ ਸੀ ਥਾਣੇ ਦੇ ਵਿੱਚ ਲੈ ਕੇ ਆਈ ਹੈ ਉਦੋਂ ਬਾਅਦ ਇਹਨਾਂ ਨੇ ਪਤਾ ਨਹੀਂ ਕਿਵੇਂ ਬੰਦੇ ਕਿੱਧਰ ਭੇਜ ਇਹ ਤਫਤੀਸ਼ੀ ਐਸੇ ਬਲਦੇਵ ਸਿੰਘ ਹੈ ਜੀ ਇਹਨਾਂ ਦੇ
सर तुहाडी नाइट मुंश की ड्यूटी है जी, तुहाडे ध्यान च है कुछ ये भी क्यों बैठे है? हाँ जी, इन्हां दी लड़की सी जी, ਜਿਹੜਾ ਇਹਨਾਂ ਦਾ ਪ੍ਰਾਹੁਣਾ ਸੀ ਮੁੰਡਿਆਂ ਦਾ ਜੀ, ਉਹ ਕੋਈ ਸ਼ਾਦੀ ਕਰਵਾ ਰਿਹਾ ਸੀ ਸ਼ਹਿਰ ਇੱਥੇ ਜੀ ਜਗ੍ਹਾ ਤੇ। ਸੰਗਰੂਰ ਦੇ ਦੜਬਾ ਵਿਖੇ ਆਂਗਨਵਾੜੀ ਵਰਕਰਾਂ ਦੇ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਪ੍ਰਦਰਸ਼ਨ ਹੈ ਜੋ ਕਿ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਹੈ, ਤੇ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। साडा प्रोटेस्ट है जिहड़ा जिहड़ी अपनी पंजाब दी सरकार है वह हुणे हुणे बनी है, उहदे आउंदिआं साडा पहला जिहड़ा हैगा इह प्रदर्शन है, ते इस तों पहलां वी जो कुछ असीं प्राप्त कीता अपने प्रदर्शनां दे करके ही प्राप्त कीता। अज तक साडी इह स्कीम चलदी नूं 46 साल हो गए ने, सानू बिना संघर्ष तो कोई चीज़ प्राप्त नहीं हुई। 3 तों 6 साल दे बच्चिआं दा जिहड़ा साडा सांझा नोटिफिकेशन सी ਉਹ ਸਿੱਖਿਆ ਵਿਭਾਗ ਨੇ ਉਹਦੀ ਕੋਈ ਪਾਲਣਾ ਨਹੀਂ ਕੀਤੀ, ਕੋਈ ਸਾਡੇ ਕੋਲ ਟੀਚਰ ਨਹੀਂ ਆਇਆ ਕਿਸੇ ਵੀ ਆਂਗਨਵਾੜੀ ਸੈਂਟਰ ਦੇ ਵਿੱਚ। ਮੇਨ ਸਾਡੀ ਜਿਹੜੀ ਹੈਗੀ ਆ ਸਾਡੇ 3 ਤੋਂ 6 ਸਾਲ ਦੇ ਬੱਚੇ, ਸਾਨੂੰ ਸਾਡੇ ਆਂਗਨਵਾੜੀ ਸੈਂਟਰਾਂ ਦੀ ਰੌਣਕ ਹੈ ਜਿਹੜੀ ਉਹ ਸਾਨੂੰ ਮਿਲਣੇ ਚਾਹੀਦੇ ਆ। ਅੱਜ ਅਸੀਂ ਨਾ ਮੁਲਾਜ਼ਮਾਂ ਦੇ ਸਪੋਰਟ 'ਤੇ ਆਇਆ, ਜੋ ਕਿਰਤ ਕਾਨੂੰਨ ਹੈ ਸਰਕਾਰ ਨੇ ਪਾਸ ਕੀਤਾ ਸੀ ਉਹਨੂੰ ਇਹ ਰੱਦ ਕਰਾਉਣ ਵਾਸਤੇ ਮੁਲਾਜ਼ਮ ਜਥੇ ਬੰਦੇ ਆਏ ਨੇ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਇਹਨਾਂ ਦੀ ਪੂਰੀ ਸਪੋਰਟ ਦੇ ਵਿੱਚ ਆਏ ਹਾਂ, ਇਸ ਲਈ ਅਸੀਂ ਇਹ ਜਿਵੇਂ ਚੱਲਣਗੇ ਅਸੀਂ ਇਹਨਾਂ ਦੇ ਆਖੇ ਇਹਨਾਂ ਦੇ ਨਾਲ ਚੱਲਣਾ। ਇਹ ਸੀ ਅੱਜ ਦੀਆਂ ਮੁੱਖ ਖਬਰਾਂ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ, ਤਦ ਤੱਕ ਵੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।